ਅਸੀਂ ਪੈ ਗਏ ਹਾਂ ਜੀਬੀ ਵਾਲੇ ਰਾਹਾਂ 'ਤੇ, ਇੱਦਾਂ ਦਾ ਕੁਛ ਰਾਹ ਹੈ ਜੀਬੀ ਨੂੰ ਜਾਣ ਵਾਲਾ, ਅਤੇ ਮੂਹਰੇ ਬਸਤਾ ਪੈਂਦਾ ਪੂਰਾ ਰਾਟ ਧੂੰਆਂ ਮਾਰਦੀ ਹੋਈ, ਅਤੇ ਇੱਧਰ ਵੀ ਲੈਂਡ ਸਲਾਈਡਿੰਗ ਬਹੁਤ ਹੋਈ ਹੋ ਆ, ਅਤੇ ਵੈਦਰ ਵੂਦਰ ਤਾਂ ਸਹੀ ਆ, ਸੜਕਾਂ ਥੋੜ੍ਹੀਆਂ ਜਿਹੀਆਂ ਖਰਾਬ ਹੋਈਆਂ ਆ। ਅਸੀਂ ਪਹੁੰਚ ਗਏ ਸੀ ਜੀਬੀ। ਜੀਬੀ ਹਿਮਾਚਲ ਦਾ ਬਹੁਤ ਵੱਡਾ ਸ਼ਹਿਰ ਆ, ਅਤੇ ਇੱਥੇ ਆ ਕੇ ਅਸੀਂ ਪਹਿਲਾਂ ਸਟੋਪ ਲਿਆ ਕੁੱਲੀ ਕਤਾਂਦੀ, ਇਹਦਾ ਜਗ੍ਹਾ ਦਾ ਨਾਮ ਆ ਜਿਹਨੂੰ ਕਹਿੰਦੇ ਮਿੰਨੀ ਥਾਈਲੈਂਡ ਇੱਥੇ ਦਾ, ਅਤੇ ਅਸੀਂ ਦੇਖ ਕੇ ਆਏ ਬਹੁਤ ਸੋਹਣੀ ਜਗ੍ਹਾ ਆ, ਅਤੇ ਹੁਣ ਇੱਥੋਂ ਜਾਵਾਂਗੇ ਅਸੀਂ ਜਲੋਰੀ ਪਾਸ। ਜਲੋਰੀ ਪਾਸ ਕਰਨਾ ਉੱਥੇ ਟਰੈਕ ਸੈਰੋਲਸਰ ਲੇਕ ਹੈ ਇੱਕ, ਉਹ ਦੇਖਣੀ, ਅਤੇ ਹੋਰ ਦੇਖਦੇ ਹਾਂ ਉੱਧਰਲੇ ਪਾਸੇ ਹੋਰ ਕੀ ਹੈ। ਪੰਜ ਕਿਲੋਮੀਟਰ ਟਰੈਕ ਕਰਕੇ ਪਹੁੰਚ ਗਏ ਸੈਲੋਸਰ ਲੇਕ, ਅਤੇ ਇੱਥੇ ਜ਼ਿਆਦਾ ਹੀ ਯਾਤਰੀ ਆਏ ਵਾ, ਰਸ਼ ਪਿਆ ਪਿਆ ਪੂਰਾ, ਅਤੇ ਇੱਦਾਂ ਦੇ ਖੱਚਰ ਵੀ ਆ ਇਹ, ਪਰ ਇਹਨਾਂ ਘੋੜੇ ਕਹਿੰਦੇ ਆ, ਲੱਗਦੇ ਖੱਚਰ ਹੀ ਆ, ਇਹਨਾਂ 'ਤੇ ਵੀ ਆ ਸਕਦੇ ਹਾਂ ਇੱਥੇ 5 ਕਿਲੋਮੀਟਰ ਟਰੈਕ ਕਰਕੇ।
ਜਿਹੜੇ ਬੰਦੇ 5 ਕਿਲੋਮੀਟਰ ਟਰੈਕ ਕਰਕੇ ਸੈਲਸਰ ਲੇਕ ਪਹੁੰਚੇ ਆ ਅਤੇ ਉਹਨਾਂ ਕੋਲ ਜੇ ਵਾਪਸ ਨਹੀਂ ਜਾਂਦਾ ਤਾਂ ਉਹਨਾਂ ਲਈ ਇੱਦਾਂ ਦੇ ਟੈਂਟਾਂ ਦੇ ਇੰਤਜ਼ਾਮ ਵੀ ਇੱਥੇ ਹੈਗੇ ਆ। ਉਹ ਥੱਲੇ ਕੁਛ ਖਾਣ ਪੀਣ ਦੀਆਂ ਦੁਕਾਨਾਂ ਇੱਥੇ ਬਣੀਆਂ, ਪੂਰਾ ਸਮਾਨ ਇੱਥੇ ਮਿਲ ਜਾਂਦਾ। ਸਾਹਮਣੇ ਕੁਛ ਇੱਦਾਂ ਦੀ ਵੈਲੀ ਖੁੱਲਦੀ ਆ, ਉਸ ਪਹਾੜ 'ਤੇ ਧੁੱਪ ਆ ਅਤੇ ਇੱਧਰ ਪੂਰੀ ਛਾਂ ਹੋਈ ਪਈ ਆ। ਪਹੁੰਚ ਗਏ ਜੀ ਸੈਲੋਸਰ ਲੇਕ, ਅਤੇ ਇਹ ਲੇਕ ਦਾ ਜੇ ਪਾਣੀ ਦੇਖੀਏ ਗੰਦਾ ਹੋ ਚੁੱਕਾ ਪੂਰਾ ਇਸ ਵੇਲੇ, ਕਿਉਂਕਿ ਗਲੇਸ਼ੀਅਰ ਖੁਰਿਆਂ ਨੂੰ ਚਿਰਾਂ ਹੋ ਗਈਆਂ, ਇੱਥੇ ਬਰਫ਼ ਖੁਰੀ ਨੂੰ ਟਾਈਮ ਹੋ ਗਿਆ, ਅਤੇ ਜਦ ਬਰਫ਼ ਖੁਰਦੀ ਹੈ ਫੁੱਲ ਹੋ ਜਾਂਦਾ ਅਤੇ ਇਹਦਾ ਓਵਰਫਲੋ ਬਾਅਦ ਝਰਨੇ ਬਣ ਕੇ ਥੱਲੇ ਚਲ ਜਾਂਦਾ, ਇੱਥੋਂ ਪਾਣੀ ਥੱਲੇ ਚਲ ਜਾਂਦਾ। ਅਤੇ ਇਸ ਵੇਲੇ ਖੜ੍ਹੇ ਹਾਂ ਅਸੀਂ ਘੱਟੋ ਘੱਟ ਵੀ 10,800 ਫੁੱਟ 'ਤੇ, 10,800 ਫੁੱਟ 'ਤੇ ਇਸ ਵੇਲੇ ਉੱਚਾਈ ਹੈ ਇਸ ਲੇਕ ਦੀ। ਬਹੁਤ ਸੋਹਣਾ ਟਰੈਕ ਸੀਗਾ, ਬਿਗਨਰ ਦਾ ਟਰੈਕ, ਮਤਲਬ ਕੋਈ ਵੀ ਕਰ ਸਕਦਾ।